ਕਿੰਨੇ ਕੇ ਜਾਣੇ ਸੀ ਮਾਤਾ ਜੀ ਉਹ? ਦੋ ਮੋਟਰਸਾਈਕਲ ਤਿੰਨ ਤਿੰਨ ਤਾਂ ਮੈਂ ਦੇਖਿਆ ਬਾਈ, ਇਹ ਦੋ ਆਏ ਆ। ਅੱਛਾ, ਲੜਾਈ ਕਿਸ ਗੱਲ ਪਿੱਛੇ ਹੋਈ ਹੈ ਇਹ? ਇਹ ਉਹ ਬਈ ਜੀ ਕਿ ਕੁੱਤੂ ਦੀ ਜਵਾਕ ਲਿਆ ਆ ਸੀ ਪਿੱਛੇ ਤੋਂ। ਅੱਛਾ ਜੀ, ਉਹ ਹੁੰਦਾ ਜਿਹੜੇ ਥੇ ਆ ਮਾਰ ਕੇ ਸੱਤਾਂ, ਉਹ ਕਹਿੰਦੇ ਸਾਡੀ ਇੱਥੇ ਅੱਖੀ ਨਹੀਂ ਲੈਂਦੀ ਮਰਤੀ ਹੈ, ਅਸੀਂ ਹੁਣ ਲਿਆਂਦੀ ਸੀ ਕਿਸੇ ਤੋਂ। ਅੱਛਾ, ਅਸੀਂ ਆਖਿਆ ਵੀ ਅਸੀਂ ਉੱਥੇ ਨੂੰ ਦੇ ਦਾਂਗੇ। ਠੀਕ ਹੈ ਜੀ। ਤੇ ਉਹ ਮੁੰਡਾ ਕਹਿੰਦਾ ਮੈਂ ਇੱਥੇ ਖੇਲਣ ਲੈ ਕੇ ਜਾਂਦਾਗਾ, ਆਹੀ ਗੱਲ ਹੋਈ ਆ ਜੀ। ਜ਼ਮੀਨ ਤੇ ਆਪਸੀ ਰੰਜਿਸ਼ ਕਰਕੇ ਕਤਲ ਹੁੰਦੇ ਤਾਂ ਤੁਸੀਂ ਬਹੁਤ ਵਾਰ ਸੁਣੇ ਹੋਣੇ, ਪਰ ਇੱਕ ਕੁੱਤੇ ਪਿੱਛੇ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ। ਇੰਨਾ ਹੀ ਨਹੀਂ, ਘਰ ਦੀ ਇੱਕ ਔਰਤ ਨੂੰ ਵੀ ਜ਼ਖਮੀ ਕੀਤਾ ਗਿਆ। ਇੱਥੋਂ ਤੱਕ ਕਿ ਹਮਲਾਵਰ ਜੋ ਘਰ ਦੇ ਵਿੱਚ ਆਏ ਸਨ, ਉਹਨਾਂ ਦੇ ਵੱਲੋਂ ਬੱਚੇ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਪੂਰਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ, ਜਿੱਥੇ ਤਲਵੰਡੀ ਸਾਬੋ ਦੇ ਵਿੱਚ ਇਹ ਰੂਹ ਕੰਬਾਊ ਘਟਨਾ ਵਾਪਰੀ ਹੈ। ਦੱਸ ਜਾ ਰਿਹਾ ਕਿ ਇੱਕ ਵਿਅਕਤੀ ਨੇ ਕਤੂਰਾ ਪਰਿਵਾਰ ਨੂੰ ਦਿੱਤਾ ਸੀ, ਪਰ ਉਸ ਵਿਅਕਤੀ ਨੇ ਦੂਜੇ ਪਾਸੇ ਕੁਝ ਹੋਰ ਲੋਕਾਂ ਨੂੰ ਵੀ ਇਹ ਕਤੂਰਾ ਦੇਣ ਦਾ ਵਾਅਦਾ ਕੀਤਾ ਸੀ, ਜਿਸ ਤੋਂ ਬਾਅਦ ਉਹ ਅਣਪਛਾਤੇ ਲੋਕ ਉਸ ਘਰ ਦੇ ਵਿੱਚ ਜਾ ਕੇ ਆਪਣਾ ਕਤੂਰਾ ਲੈਣ ਪਹੁੰਚ ਜਾਂਦੇ ਨੇ, ਜਿਸ ਤੋਂ ਬਾਅਦ ਉੱਥੇ ਤੂੰ ਤੂੰ ਮੈਂ ਮੈਂ ਹੁੰਦੀ ਹੈ। ਤੇ ਇਸੇ ਦਰਮਿਆਨ ਅਣਪਛਾਤੇ ਲੋਕਾਂ ਦੇ ਵੱਲੋਂ ਜੋ ਕਤੂਰਾ ਲੈਣ ਆਉਂਦੇ ਨੇ, ਉਹਨਾਂ ਦੇ ਵੱਲੋਂ ਉਸ ਪਰਿਵਾਰ ਤੇ ਹਮਲਾ ਕਰ ਦਿੱਤਾ ਜਾਂਦਾ ਹੈ, ਤੇ ਇਸ ਹਮਲੇ ਦੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ ਹੈ। ਤਾਂ ਮਹਿਜ਼ ਕੁੱਤੇ ਖਾਤਰ ਪਰਿਵਾਰ ਦੇ ਦੋ ਜੀਆਂ ਦਾ ਕਤਲ ਕੀਤਾ ਗਿਆ, ਜਦਕਿ ਮਾਂ ਦੀ ਹਾਲਤ ਇਸ ਵੇਲੇ ਗੰਭੀਰ ਬਣੀ ਹੋਈ ਹੈ। ਮਰਨ ਵਾਲਿਆਂ ਦੀ ਪਛਾਣ ਮੰਦਰ ਸਿੰਘ ਅਤੇ ਅਮਰੀਕ ਸਿੰਘ ਵਜੋਂ ਹੋਈ ਹੈ। ਤੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਪਰਿਵਾਰ ਦਾ ਵੀ ਬਿਆਨ ਸਾਹਮਣੇ ਆਇਆ, ਜਿੱਥੇ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਲੋਕ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਕਤੂਰੇ ਪਿੱਛੇ ਤੇਜ਼ ਧਾਰ ਹਥਿਆਰਾਂ ਦੇ ਨਾਲ ਦੋ ਜੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਫਰਾਰ ਹੋ ਜਾਂਦੇ ਨੇ। ਤੇ ਹੋਰ ਮੁੰਡੇ ਸੀ ਜਿਹੜੇ, ਉਹਨਾਂ ਦਾ ਮੈਨੂੰ ਇਹਦੇ ਵਿੱਚ ਪਤਾ ਨਹੀਂ ਲੱਗਿਆ ਹੈਗਾ। ਠੀਕ ਹੈ। ਜਦੋਂ ਕੰਧ ਉੱਤੇ ਮੁੰਡੇ ਨੂੰ ਖਿੱਚੇ ਤੇ ਕੱਢ ਲਿਆ। ਅੱਛਾ ਜੀ। ਤੇ ਉਹਦੇ ਪਿਓ ਨੇ ਬਾਹਰ ਖੋਲਤਾ। ਅੱਛਾ ਜੀ। ਵੀ ਫਿਰ ਉਹਨੂੰ ਲੈ ਗਏ ਖਿੱਚ ਕੇ। ਅੱਛਾ ਜੀ। ਜਦੋਂ ਉਹਨਾਂ ਦੋਨਾਂ ਨੂੰ ਸਿੱਟ ਕੇ ਸੱਟਾਂ ਮਾਰਨਾ, ਪੋਤੇ ਕਣੀ ਆਏ ਜਦੋਂ। ਅੱਛਾ ਜੀ। ਪੋਤਾ ਫੜ ਕੇ ਜਮਾ ਇੱਧਰ ਖਿੱਚ ਲਿਆ, ਉਦੋਂ ਮੇਰੇ ਮਾਰ ਗਏ। ਕਿੰਨੇ ਕੇ ਜਾਣੇ ਸੀ ਮਾਤਾ ਜੀ ਉਹ? ਦੋ ਮੋਟਰਸਾਈਕਲ ਤੇ ਤਿੰਨ ਤਿੰਨ ਤਾਂ ਮੈਂ ਦੇਖਿਆ ਬਾਈ, ਇਹ ਦੋ ਆਏ ਆ। ਅੱਛਾ, ਬਾਹਰ ਵੀ ਖੜੇ ਹੋ ਸਕਦੇ? ਬਾਹਰ ਲੁਕੇ ਖੜੇ ਸੀ ਬਾਈ ਇਹ ਦੋ। ਅੱਛਾ, ਠੀਕ ਹੈ। ਲੜਾਈ ਕਿਸ ਗੱਲ ਪਿੱਛੇ ਹੋਈ ਹੈ ਇਹ? ਇਹ ਬਾਈ ਇਹ ਡਿੱਪੀ ਕੁੱਤੂ ਦੀ ਜਵਾਕ ਲਿਆ ਆ ਸੀ ਪਿੱਛੇ ਤੋਂ। ਅੱਛਾ ਜੀ। ਉਹ ਮੁੰਡਾ ਜਿਹੜੇ ਥੇ ਆ ਮਾਰ ਕੇ ਸੱਤਾਂ, ਉਹ ਕਹਿੰਦੇ ਸਾਡੀ ਇੱਥੇ ਅੱਖ ਨਹੀਂ ਲੈਂਦੀ ਮਾਚੀ ਹੈ, ਅਸੀਂ ਹੁਣ ਲਿਆਂਦੀ ਸੀ ਕਿਸੇ ਤੋਂ। ਅੱਛਾ ਜੀ। ਅਸੀਂ ਆਖਿਆ ਵੀ ਅਸੀਂ ਉੱਥੇ ਨੂੰ ਦੇ ਦਾਂਗੇ। ਠੀਕ ਹੈ ਜੀ। ਤੇ ਉਹ ਮੁੰਡਾ ਕਹਿੰਦਾ ਮੈਂ ਤਾਂ ਖੇਲਣ ਲੈ ਕੇ ਜਾਂਦਾਗਾ, ਆਹੀ ਗੱਲ ਹੋਈ ਆ ਜੀ। ਅੱਛਾ ਜੀ। ਅਸੀਂ ਤੇ ਦੂਰੀ ਕੀ ਕਰਨੀ ਸੀ ਫੜਾ ਨਹੀਂ ਦੇ। ਅੱਛਾ ਜੀ। ਜਵਾਕ ਚਲੋ ਉਹ ਹੋ ਜਾਂਦਾ। ਠੀਕ ਹੈ। ਤੁਹਾਡੇ ਕਿੱਥੇ ਕਿੱਥੇ ਸੱਟਾਂ ਲੱਗੀਆਂ? ਮੇਰੇ ਆ ਮੋਢੇ ਚ ਆ ਬਈ, ਨਾਲ ਨਾਲ ਆ ਗਿਆ। ਠੀਕ ਹੈ ਠੀਕ ਹੈ, ਚਲੋ ਕਰੋ। ਪਿੰਡ ਦੇ ਹੀ ਸੀਗੇ ਜੀ? ਪਿੰਡ ਦੇ ਆ ਬਈ, ਪਿੰਡ ਦੇ। ਗੱਲ ਤਾਂ ਜੀ ਕੁਛ ਵੀ ਨਹੀਂ ਹੋਈ, ਵੀ ਮੰਨ ਲਓ ਕੋਈ ਕੁੱਤਾ ਪਿੰਡ ਚੋਂ ਲੈਤਾ ਸੀਗਾ, ਤੇ ਜਿਹੜੇ ਬੰਦੇ ਨੇ ਕੁੱਤਾ ਦਿੱਤਾ ਸੀਗਾ ਜੀ, ਉਹ ਨਾਲੇ ਤਾਂ ਇਹਨਾਂ ਨੂੰ ਦਿੱਤਾ ਉਹਨੇ ਕਤੂਰਾ ਜਿਹਾ ਜੀ ਉਹ, ਤੇ ਨਾਲੇ ਜਿਹੜੇ ਬੰਦੇ ਇਹਨਾਂ ਦੇ ਸੱਟਾਂ ਮਾਰ ਕੇ ਗਏ ਸੀਗੇ ਜੀ, ਮੰਨ ਲਓ ਮਾਰ ਕੇ ਗਏ ਨੇ, ਨਾਲੇ ਉਹਨਾਂ ਨੂੰ ਹਾਂ ਕਰਤੀ, ਉਹ ਬੰਦੇ ਇਹਨਾਂ ਨੂੰ ਦਿਨੇ ਕਹਿੰਦੇ ਵੀ ਅਸੀਂ ਕਤੂਰਾ ਲੈ ਕੇ ਜਾਵਾਂਗੇ, ਇਹ ਕਹਿੰਦੇ ਵੀ ਸਾਨੂੰ ਤਾਂ ਉਹਨਾਂ ਨੇ ਦਿੱਤਾ ਹੋਇਆ ਹੈਗਾ ਕਤੂਰਾ ਜੀ, ਹਨਾ।
ਤੇ ਵੀ ਬਸ ਉਹ ਨਸ਼ੇੜੀ ਬੰਦੇ ਸੀਗੇ ਜੀ, 7-8 ਜਾਣੇ ਮੇਰੇ ਖਿਆਲ, ਤੇ ਬਸ ਸ਼ਾਮ ਨੂੰ 8:30 ਵਜੇ ਜੀ ਮੰਨ ਲਓ ਦਾਣਾ ਮੰਡੀ 'ਚ ਆਏ ਪਹਿਲਾਂ, ਦਾਣਾ ਮੰਡੀ 'ਚੋਂ ਘਰ ਆ ਗਏ ਜੀ। ਘਰ ਆ ਕੇ ਤੇ ਬਸ ਕੰਧਾਂ ਕੁੰਧਾਂ ਟੱਪ ਕੇ ਜੀ ਤੇ ਬਾਹਰ ਕੱਢ ਕੇ ਇਹਨਾਂ ਦੇ ਸੱਟਾਂ ਮਾਰ ਗਏ ਜੀ। ਸੱਟਾਂ ਮੰਨ ਲਓ ਜ਼ਿਆਦਾਤਰ ਸਿਰ 'ਚ ਹੀ ਲਾਈਆਂ ਜੀ ਸੱਟਾਂ ਉਹਨਾਂ ਨੇ। ਸੱਟਾਂ ਇੱਕ ਤਾਂ ਮੰਨ ਲਓ ਬਾਈ ਦੇ ਲੱਗ ਗਈਆਂ ਜੀ, ਜਿਹੜਾ ਜੀਜਾ ਬਾਈ ਅਮਰੀਕ ਸਿੰਘ ਜੀ, ਇੱਕ ਉਹਨਾਂ ਦੇ ਡੈਡੀ ਜੀ ਸਰਦਾਰ ਮੰਦਰ ਸਿੰਘ ਜੀ, ਉਹਨਾਂ ਦੇ ਲੱਗ ਗਈ। ਹਾਂਜੀ ਮਾਤਾ ਵੀ ਜ਼ਖਮੀ ਆ, ਜਦੋਂ ਬੱਚੇ ਦੇ ਮਾਰਨ ਲੱਗੇ ਛੋਟੇ ਦੇ ਜੀ, ਅਤੇ ਉਹ ਮਾਤਾ ਕੋਲੇ ਖੜ੍ਹੇ ਸੀਗੇ, ਮਾਤਾ ਨੇ ਬੱਚਾ ਖਿੱਚ ਲਿਆ ਜੀ ਅਤੇ ਉਹਨਾਂ ਦੀ ਬਾਂਹ 'ਤੇ ਲੱਗ ਗਈ ਜੀ ਸੱਟ। ਨਹੀਂ ਵੈਸੇ ਤਾਂ ਕੋਈ ਰੰਜਿਸ਼ ਨਹੀਂ ਸੀਗੀ ਜੀ ਇਹ, ਵੈਸੇ ਕਾਰਨ ਇਹ ਜ਼ਿਆਦਾ ਵੀ ਮੰਨ ਲਓ ਜਿਹੜਾ ਉਹ ਕੁੱਤੇ ਵਾਲਾ ਜਿਹਨੇ ਕੁੱਤਾ ਦਿੱਤਾ ਸੀ, ਉਹਨਾਂ ਨੂੰ ਦੋਵਾਂ ਨੇ ਕਹਿ ਰੱਖਿਆ, ਮੰਨ ਲਓ ਉੱਧਰ ਵੀ ਆਖੀ ਗਿਆ ਇੱਧਰ ਵੀ ਆਖੀ ਗਿਆ, ਉਹ ਮੰਨ ਲਓ ਹੋ ਸਕਦਾ ਵੀ ਉਹਦੇ ਕਾਰਨ ਹੀ। ਮੰਗ ਤਾਂ ਇਹੀ ਹੈ, ਇਨਸਾਫ਼ ਹੀ ਹੈ ਜੀ, ਮੰਨ ਲਓ ਨਸ਼ੇੜੀ ਬੰਦੇ ਸਾਰੇ ਪਿੰਡ ਨੂੰ ਤੰਗ ਕਰ ਰੱਖਿਆ ਉਹਨਾਂ ਨੇ, ਗੌਰਮੈਂਟ ਤੋਂ ਇਹੀ ਮੰਗਿਆ ਜੀ, ਹੋ ਸਕਦਾ ਉਹਨਾਂ ਨੂੰ ਸਜ਼ਾ ਬਹੁਤ ਸਖ਼ਤ ਤੋਂ ਸਖ਼ਤ ਦਿੱਤੀ ਜਾਵੇ, ਬਾਕੀ ਸਾਰਾ ਪਿੰਡ ਗਵਾਹ ਹੈ ਜੀ, ਇਹਨਾਂ ਨੂੰ ਪੁੱਛ ਲਓ ਵੀ ਕੀ ਕਹਿੰਦਾ ਪਿੰਡ ਉਹਨਾਂ ਦੇ ਬਾਰੇ। ਤਾਂ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਥੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਦੋ ਜਣਿਆਂ ਦਾ ਪਿਓ ਪੁੱਤ ਦਾ ਕਤਲ ਹੋ ਗਿਆ ਹੈਗਾ, ਉਹਦੇ ਵਾਸਤੇ ਅਸੀਂ ਇਨਵੈਸਟੀਗੇਸ਼ਨ ਲਈ ਆਏ ਸੀਗੇ। ਇਨਵੈਸਟੀਗੇਸ਼ਨ ਤੋਂ ਪਤਾ ਲੱਗ ਰਿਹਾ ਹੈਗਾ ਵੀ ਇੱਕ ਕਤੂਰੇ ਮਗਰ ਇਹ ਲੜਾਈ ਹੋਈ ਸੀ ਅਤੇ ਉਸ ਤੋਂ ਬਾਅਦ ਦੋ ਜਣਿਆਂ ਨੇ ਆਪਣੀ ਜਾਨ ਗਵਾ ਦਿੱਤੀ ਹੈਗੀ ਹੈ। ਜਿਹੜੇ ਦੋਸ਼ੀ ਨੇ ਉਹਨਾਂ ਦੀ ਭਾਲ ਜਾਰੀ ਹੈਗੀ ਹੈ, ਇਹਨਾਂ ਨੇ ਕੁਛ ਨਾਮ ਦੱਸੇ ਨੇ, ਸਾਡੇ ਕੋਲ ਕਲੂ ਨੇ, ਅਸੀਂ ਉਹਨਾਂ 'ਤੇ ਵਰਕ ਕਰ ਰਹੇ ਹਾਂ ਅਤੇ ਜਲਦੀ ਤੋਂ ਜਲਦੀ ਉਹ ਦੋਸ਼ੀ ਅਸੀਂ ਫੜ ਲਾਂਗੇ।